ਸਤਿ ਸ਼੍ਰੀ ਅਕਾਲ ਫੇਸਬੁੱਕ ਵਾਲੇ ਅਤੇ ਵਟਸਐਪ ਵਾਲੇ ਸਾਰੇ ਮੇਰੇ ਦੋਸਤੋ, ਅੱਜ ਇੱਕ ਬੜੇ ਅਹਿਮ ਮੁੱਦੇ 'ਤੇ ਤੁਹਾਡੇ ਨਾਲ ਮੈਂ ਲਾਈਵ ਹੋਇਆ। ਕਿਸੇ ਅਹਿਮ ਮੁੱਦੇ 'ਤੇ ਗੱਲ ਕਰਨੀ ਸੀ, ਇਸ ਲਈ ਸੋਚਿਆ ਵੀ ਲਾਈਵ ਹੋ ਕੇ ਤੁਹਾਡੇ ਨਾਲ ਵਿਚਾਰ ਜ਼ਰੂਰ ਸਾਂਝੇ ਕਰਾਂ। ਦੋਸਤੋ, ਮੈਂ ਦੱਸਣਾ ਚਾਹੁੰਦਾ, ਪਿਛਲੇ ਦਿਨਾਂ ਵਿੱਚ 27 ਦਸੰਬਰ 2017 ਨੂੰ ਦੈਨਿਕ ਸਵੇਰਾ ਦੇ ਵਿੱਚ ਇੱਕ ਖਬਰ ਲੱਗੀ ਸੀ, ਜਿਹਦੇ ਵਿੱਚ ਨਗਰ ਨਿਗਮ ਵੱਲੋਂ CMC ਹਸਪਤਾਲ ਨੂੰ 20 ਦਿਨ ਦਾ ਟਾਈਮ ਦੇ ਕੇ 2013 ਤੋਂ ਲੈ ਕੇ 2018 ਤੱਕ ਦਾ ਜਿਹੜਾ ਪ੍ਰੋਪਰਟੀ ਟੈਕਸ ਆ ਉਹਨੂੰ ਜਮ੍ਹਾਂ ਕਰਾਉਣ ਦੇ ਲਈ ਕਿਹਾ ਗਿਆ ਸੀ, ਅਤੇ ਜੇ ਉਹ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਸੀਲ ਕਰਨ ਲਈ ਜਿਹੜਾ ਨੋਟਿਸ ਆ ਉਹ ਇਹਨਾਂ ਨੂੰ ਭੇਜਿਆ ਗਿਆ। ਪਰ ਅੱਜ ਤੁਹਾਡੇ ਨਾਲ ਮੈਂ ਇੱਕ ਗੱਲ ਕਰਨੀ ਚਾਹੁੰਦਾ ਵੀ ਸੀਲ ਕਰਨ ਵਰਗਾ ਸ਼ਬਦ ਕਿਸੇ ਹਸਪਤਾਲ ਲਈ, ਕਿਸੇ ਸਕੂਲ ਲਈ, ਕਿਸੇ ਕਾਲਜ ਲਈ ਜੇ ਵਰਤਿਆ ਜਾਵੇ ਤਾਂ ਬੜੀ ਮਾੜੀ ਗੱਲ, ਕਿਉਂਕਿ ਹਸਪਤਾਲ ਹੈ ਸਾਡੇ ਲੋਕਾਂ ਦੀ ਜ਼ਿੰਦਗੀਆਂ ਬਚਾਉਂਦਾ, ਸਕੂਲ ਹੈ ਸਾਡੇ ਬੱਚਿਆਂ ਦਾ ਭਵਿੱਖ ਬਣਾਉਂਦਾ, ਸਾਡੇ ਦੇਸ਼ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ। ਇਸ ਲਈ ਮੈਂ ਚਾਹੁੰਦਾ ਵੀ ਮੈਂ ਤੁਹਾਨੂੰ CMC ਦੇ ਬਾਰੇ ਵੀ ਕੁਛ ਦੱਸਾਂ। CMC ਹਸਪਤਾਲ ਪਿਛਲੇ ਕਈ ਸਾਲਾਂ ਤੋਂ 120 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ, ਸੇਵਾ ਕਰ ਰਿਹਾ। ਜਦੋਂ ਪਿੱਛੇ ਸਾਡੇ ਦੇਸ਼ ਦੇ ਸਾਡੇ ਸੂਬੇ 'ਤੇ ਔਕੜਾਂ ਆਈਆਂ, ਚਾਹੇ ਉਹ ਖੁਦ ਮਹੱਲਾ ਅਗਨੀਕਾਂਡ ਸੀ, ਚਾਹੇ ਉਹ ਰੇਲਵੇ ਖੰਨਾ ਰੇਲਵੇ ਐਕਸੀਡੈਂਟ ਸੀ, ਚਾਹੇ ਗੁਜਰਾਤ ਦੇ ਵਿੱਚ ਭੂਕੰਪ ਆਇਆ ਸੀ, ਜਾਂ ਕੋਈ ਵੀ ਸਮੱਸਿਆ ਆਈ ਤਾਂ CMC ਹਸਪਤਾਲ ਨੇ ਆਪਣੀਆਂ ਸੇਵਾਵਾਂ ਜ਼ਰੂਰ ਦਿੱਤੀਆਂ। ਜਿਹੜੇ CMC ਕਾਲਜ ਤੋਂ ਸਟੂਡੈਂਟਸ ਪੜ੍ਹ ਕੇ ਗਏ ਆ, ਜੋ ਵੱਡੇ ਵੱਡੇ ਡਾਕਟਰ ਬਣੇ ਆ, ਸਾਡੇ ਦੇਸ਼ ਦਾ ਨਾਮ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਰੋਸ਼ਨ ਕਰ ਰਹੇ ਆ। ਜੇ CMC ਬੰਦ ਹੁੰਦਾ 3 ਤੋਂ 4 ਹਜ਼ਾਰ ਇੰਪਲੋਈ ਜਿਨ੍ਹਾਂ ਦਾ ਘਰ CMC ਦੇ ਸਿਰ 'ਤੇ ਪਲ ਰਿਹਾ ਉਹ ਵੀ ਬੇਰੁਜ਼ਗਾਰ ਹੁੰਦਾ। ਇਸ ਲਈ ਇਸ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ, ਜਿਹੜੇ ਮੇਰੇ ਦੋਸਤ ਵੱਖ ਵੱਖ ਰਾਜਨੀਤਿਕ ਪਾਰਟੀਆਂ ਤੋਂ, ਵੱਖ ਵੱਖ ਸੰਸਥਾਵਾਂ ਤੋਂ ਹੈਗੇ ਆ, ਜਿਹੜੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਜੁੜੇ ਹੋਏ ਆ, ਮੈਂ ਇੱਕ ਬੋਰਡ ਲਾਇਆ ਸੀ, ਉਸ ਦੇ ਵਿੱਚ ਨਾ ਮੈਂ ਕੋਈ ਆਪਣੀ ਪਾਰਟੀ ਦਾ ਜ਼ਿਕਰ ਕੀਤਾ, ਨਾ ਮੈਂ ਕੋਈ ਪਾਰਟੀ ਦਾ ਕਿਸੇ ਦੀ ਫੋਟੋ ਲਾਈ। ਮੈਂ ਇੱਕ ਜਨਰਲ ਅਪੀਲ ਲਾਈ ਸੀ ਪੰਜਾਬ ਸਰਕਾਰ ਨੂੰ ਵੀ ਜਿਹੜਾ ਇਹ ਟੈਕਸ ਹੈ ਕਿਸੇ ਵੀ ਰਜਿਸਟਰਡ ਸਕੂਲ, ਹੋਸਪਿਟਲ ਜਾਂ ਕਾਲਜ ਦੇ ਉੱਤੇ ਇਹ ਟੈਕਸ ਨਾ ਲਾਏ ਜਾਣ, ਕਿਉਂਕਿ ਜੇ ਇਹਨਾਂ ਦੇ ਉੱਤੇ ਟੈਕਸ ਲਾਇਆ ਜਾਂਦਾ ਤਾਂ ਸਿੱਧਾ ਜਿਹੜਾ ਪ੍ਰਭਾਵ ਆ ਉਹ ਪਬਲਿਕ ਦੇ ਉੱਤੇ ਜਾਂਦਾ। ਜਿਹੜਾ ਟੈਕਸ ਪੇ ਹੋਣਾ, ਪ੍ਰੋਪਰਟੀ ਟੈਕਸ ਜੇ ਅੱਜ ਲੱਗਦਾ ਤਾਂ ਪੇ ਉਹ ਲੋਕਾਂ ਦੀ, ਪੇਸ਼ੈਂਟਸ ਦੀ ਜੇਬ ਦੇ ਵਿੱਚੋਂ ਹੋਣਾ, ਲੋਕਾਂ ਦੇ ਲਈ ਇਲਾਜ ਕਰਾਉਣਾ ਉਹਨਾਂ ਮੁਸ਼ਕਿਲ ਹੋ ਜਾਣਾ। ਇਸ ਕਰਕੇ ਅਖੀਰ ਦੇ ਵਿੱਚ ਇਹ ਜਿਹੜਾ ਸਰਕਾਰੀ ਜਿਹੜੇ ਇਹ ਅਦਾਰੇ ਆ, ਚਾਹੇ ਉਹ ਰਜਿਸਟਰਡ ਚਾਹੇ ਉਹ ਪ੍ਰਾਈਵੇਟ ਹੋਣ, ਜੇ ਰਜਿਸਟਰਡ ਹੋਣ ਸਕੂਲ, ਕਾਲਜ ਜਾਂ ਹੋਸਪਿਟਲ, ਇਹਨਾਂ ਨੂੰ ਪ੍ਰੋਪਰਟੀ ਟੈਕਸ ਤੋਂ ਮੁਕਤ ਕਰਨਾ ਚਾਹੀਦਾ, ਕਿਉਂਕਿ ਸਾਡੇ ਦੇਸ਼ ਦੀ ਜਨਤਾ ਦੇ ਭਵਿੱਖ ਦੇ ਨਾਲ ਜੁੜੇ ਆ, ਉਹਨਾਂ ਦੀ ਵੈਲਫੇਅਰ ਦੇ ਨਾਲ ਜੁੜੇ ਆ। ਇਸ ਕਰਕੇ ਤੁਹਾਨੂੰ ਇਸ ਵੀਡੀਓ ਦੇ ਥਰੂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮੈਂ ਪੰਜਾਬ ਸਰਕਾਰ ਨੂੰ ਰਿਕੁਐਸਟ ਕਰਦਾ, ਬੇਨਤੀ ਕਰਦਾ ਵੀ ਜਿਹੜੇ ਇਹ ਅਦਾਰੇ ਆ ਇਹਨਾਂ ਨੂੰ ਪ੍ਰੋਪਰਟੀ ਟੈਕਸ ਤੋਂ ਮੁਕਤ ਕੀਤਾ ਜਾਵੇ, ਪ੍ਰੋਪਰਟੀ ਟੈਕਸ ਇਹਨਾਂ ਨੂੰ ਐਗਜ਼ੈਂਪਟ ਕੀਤਾ ਜਾਵੇ ਪ੍ਰੋਪਰਟੀ ਟੈਕਸ ਤੋਂ, ਤਾਂ ਕਿ ਜਿਹੜਾ ਅਖੀਰ 'ਤੇ ਆਮ ਪਬਲਿਕ ਦੇ ਉੱਤੇ ਪੈਣ ਵਾਲਾ ਬੋਝ ਆ ਉਹ ਘਟਾਇਆ ਜਾ ਸਕੇ। ਮੈਂ ਉਮੀਦ ਕਰਦਾ ਅਤੇ ਸਰਕਾਰ ਤੋਂ ਆਸ ਵੀ ਕਰਦਾ ਵੀ ਜਿਹੜਾ ਪ੍ਰੋਪਰਟੀ ਟੈਕਸ ਆ ਇਹਨੂੰ ਹਟਾਇਆ ਜਾਊਗਾ। CMC ਹਸਪਤਾਲ ਹੀ ਨਹੀਂ, ਬਾਕੀ ਸਾਰੇ ਹਸਪਤਾਲ ਵੀ, ਸਕੂਲ ਵੀ, ਕਾਲਜ ਵੀ, ਉਹਨਾਂ 'ਤੇ ਵੀ ਜਿਹੜੇ ਟੈਕਸ ਆ ਘੱਟ ਤੋਂ ਘੱਟ ਲਗਾਏ ਜਾਣ, ਤਾਂ ਕਿ ਉਹ ਜਿਹੜੀਆਂ ਆਪਣੀਆਂ ਸੇਵਾਵਾਂ ਹੋਰ ਵਧੀਆ ਢੰਗ ਅਤੇ ਘੱਟ ਖਰਚੇ ਦੇ ਵਿੱਚ ਲੋਕਾਂ ਨੂੰ ਉਪਲਬਧ ਕਰਵਾ ਸਕਣ। ਇੰਨਾ ਹੀ ਕਹਿੰਦਾ ਹੋਇਆ ਅਖੀਰ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।